USA स्टडी वीजा ਦੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਕੁਝ ਨਵੇਂ ਚੇਂजेस ਆ ਗਏ ਨੇ ਜਿਸ ਨੂੰ ਲੈ ਕੇ ਸਟੂਡੈਂਟਸ ਦੇ ਵਿੱਚ ਹੁਣ ਐਕਸਾਈਟਮੈਂਟ ਉਤਕ੍ਰੇਜ਼ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਅਸੀਂ USA ਅਪਲਾਈ ਕਰੀਏ ਕਿਉਂਕਿ ਹੁਣ ਪ੍ਰੋਸੈਸ ਜਲਦੀ ਕੰਪਲੀਟ ਜ਼ਰੂਰ ਹੋ ਜਾਏਗਾ ਕਿਉਂ ਕੰਪਲੀਟ ਜਲਦੀ ਹੋ ਜਾਏਗਾ ਇਸ ਨੂੰ ਲੈ ਕੇ ਹੀ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਜਿਹੜੇ ਵੀ ਸਟੂਡੈਂਟਸ ਚਾਹਵਾਨ ਨੇ USA ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇਹ ਪੂਰੀ ਵੀਡੀਓ ਦੇਖੋ ਸਮਝੋ ਤੇ ਇਸ ਅਕੋਰਡਿੰਗਲੀ ਅਪਲਾਈ ਕਰ ਲਓ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਇਹ ਸਟੇਟ ਇਜ਼ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਨੈਵੀਗੇਟਰਸ ਓਵਰਸੀਜ਼ ਜੋ ਕਿ 27 ਸਾਲ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ ਤੇ ਇਹ ਸਾਰੇ ਸਟੂਡੈਂਟਸ ਨੂੰ ਗਾਈਡ ਕਰਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਉਹਨਾਂ ਦਾ ਸੈਟਲ ਹੋਣ ਦਾ ਸੁਪਨਾ ਜੋ ਹੈ ਸਾਕਾਰ ਕਰ ਚੁੱਕੇ ਨੇ ਚੰਗੀ ਗਾਈਡੈਂਸ ਦੇ ਨਾਲ ਸੋ ਮੈਮ ਅੱਜ ਆਪਾਂ ਯੂਐਸਏ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਤਾਂ ਕੀ ਹੁਣ ਨਵੇਂ ਚੇਂਜਸ ਆ ਗਏ ਨੇ ਗੁੱਡ ਨਿਊਜ਼ ਵੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਮੈਂ ਚਾਹੂੰਗੀ ਤੁਸੀਂ ਹੀ ਇਹ ਪੂਰੀ ਡਿਟੇਲ ਸਟੂਡੈਂਟਸ ਨਾਲ ਸਾਂਝੀ ਕਰਿਓ ਹਰਜੋਤ ਜੀ ਜਿਹੜੇ ਬੱਚੇ ਜਿਹੜਾ ਪ੍ਰੋਬਲਮ ਹੁੰਦੀ ਹੈ ਯੂਐਸ ਦੇ ਵਿੱਚ स्लॉट ਨਹੀਂ ਮਿਲ ਰਿਹਾ ਬਿਲਕੁਲ ਬਿਲਕੁਲ ਓਪਨ ਹੋ ਗਏ ਹੈ ਔਰ ਬੜੀ ਆਰਾਮ ਨਾਲ ਡੇਟਸ ਮਿਲ ਰਹੀਆਂ ਫਰਸਟ ਖੁਸ਼ਖਬਰੀ ਤੇ ਏ ਜੀ ਸੈਕੰਡ ਜਿਹੜੇ ਹੈ ਕੁਝ ਯੂਨੀਵਰਸਿਟੀਆਂ ਦੀ ਇਸ ਟਾਈਮ ਹਾਲ ਦੀ ਕੜੀ ਆਨ ਵੱਲੇ 30 ਮਈ ਚ ਤੇ ਇਹਨਾਂ 30 ਮਈ ਦੇ ਬਾਅਦ ਇਹਨਾਂ ਦੀ ਡੈਡਲਾਈਨ ਖਤਮ ਹੋ ਜਾਣੀ ਹੈ ਫਿਰ ਨੈਚੁਰਲ ਹੈ ਵਿంటర్ ਵਾਸਤੇ ਹੋਏਗੀ ਹਜੇ ਜਿਹੜੀ ਫਾਲ ਵਾਸਤੇ ਆ ਜਿਹੜੀ ਸਕਾਲਰਸ਼ਿਪ ਹੈ 40000 ਡਾਲਰ ਪਰ ਐਨਮ ਇਹ ਬਹੁਤ ਬੜੀ ਸਕਾਲਰ ਹੈ 60% ਤੋਂ ਉੱਪਰ ਹੋਏ ਪਰਸੈਂਟੇਜ 70 ਹੋਏ ਤਾਂ ਬਹੁਤ ਅੱਛਾ ਹੈ 53000 ਜੇ ਫੀਸ ਹੈ ਤੇ ਖਾਲੀ 13000 ਡਾਲਰ ਰਹਿ ਗਈ ਉਹ ਵੀ ਯੂਨੀਵਰਸਿਟੀ ਲੈਵਲ ਦੀ ਫੀਸ ਹੈ ਤੇ ਇਹ ਇਹਦੇ ਵਿੱਚ ਸਟੂਡੈਂਟਸ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਸਕਾਲਰਸ਼ਿਪ ਬਹੁਤ ਅੱਛੀ ਬੱਚਿਆਂ ਨੂੰ ਲੱਗ ਰਹੀ ਹੈ ਜੀ यूएस ਦੇ ਵਿੱਚ ਪਲੱਸ ਪੁਆਇੰਟ ਕੀ ਹੈ ਪੁਆਇੰਟ ਬਾਈ ਪੁਆਇੰਟ ਮੈਂ ਤੁਹਾਨੂੰ ਦੱਸੂਗੀ ਫੀਸ ਵੀਜ਼ਾ ਦੇ ਬਾਅਦ ਆਈ 20 ਦੀ ਫੀਸ ਜਿਹੜਾ ਯੂਨੀਵਰਸਿਟੀ ਮੈਂ ਦੱਸੀ ਐ ਇਹਨਾਂ ਦੀ ਟੋਟਲ ਫਰੀ ਐ ਕੁਝ ਯੂਨੀਵਰਸਟੀਆਂ ਦੀ ਹੋ ਸਕਦਾ 40 50 ਡਾਲਰ 100 ਡਾਲਰ ਮੈਕਸਿਮਮ ਹੋਏਗੀ ਅਦਰਵਾਈਜ਼ ਕਾਫੀ ਸਾਰੀਆਂ ਯੂਨੀਵਰਸਟੀਆਂ ਨੇ ਇਸ ਟਾਈਮ ਵੇਵ ਕੀਤੀ ਹੋਈ ਐ ਇਹ ਖਰਚਾ ਤੁਹਾਡਾ ਖਤਮ ਸੈਕੰਡ ਸਰਵਿਸ ਫੀਸ 350 ਡਾਲਰ ਖਾਲੀ ਜਾਣੀ ਹੈ। ਔਰ 180 ਡਾਲਰ ਤੁਹਾਡੀ ਅੰਬੈਸੀ ਫੀਸ। 515 520 ਡਾਲਰ ਮੇ ਲੱਗਦਾ ਏ ਤੁਹਾਡਾ ਆਏਗਾ 530 ਡਾਲਰ ਖਰਚਾ ਸਾਰਾ। ਜੀ। 40 45 50 ਹਜ਼ਾਰ ਚ ਤੁਸੀਂ ਯੂਐਸ ਦੇ ਵੀਜ਼ਾ ਦਾ ਟੋਟਲ ਪ੍ਰੋਸੈਸ ਕਰ ਸਕਦੇ ਹੋ ਜਦ ਕਿ ਅਸੀਂ ਯੂਕੇ ਅੰਬੈਸੀ ਵਿੱਚ ਫਾਈਲ ਲਗਾਉਂਦੇ ਆ ਪ੍ਰਾਇੋਰਟੀ ਚ ਤੇ 60 70000 ਸਾਡੀ ਅੰਬੈਸੀ ਫੀਸ ਲੱਗ ਜਾਂਦੀ ਆ ਆਰਡਨਰੀ ਚ ਵੀ ਸਾਡੇ 40000 ਤੋਂ ਉੱਪਰ ਲੱਗਦੀ ਆ ਇੱਥੇ ਤੁਸੀਂ 50000 ਚ ਸਰਵਿਸ ਫੀਸ ਜਿਹੜੀ 1 ਇਅਰ ਤੱਕ ਵੈਲਿਡ ਹੈ ਤੁਸੀਂ ਜਿਹੜਾ 50000 45000 ਚ ਪੂਰਾ ਟੋਟਲ ਵੀਜ਼ਾ ਪ੍ਰੋਸੈਸ ਹੋ ਜਾਂਦਾ ਹੈ ਜਦੋਂ ਵੀਜ਼ਾ ਆ ਜਾਏਗਾ ਫਿਰ ਤੁਸੀਂ ਯੂਨੀਵਰਸਿਟੀ ਦੀ ਫੀਸ ਪੇ ਕਰਨੀ ਆ ਯੂਨੀਵਰਸਿਟੀ ਸਟੈਮ ਕੋਰਸਸ ਮੈਂ ਯੂਐਸ ਦੇ ਵਾਸਤੇ ਹਮੇਸ਼ਾ ਦੱਸਿਆ ਸਟੈਮ ਕੋਰਸਸ ਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਦੇ ਵਿੱਚ ਵੀਜ਼ਾ ਜਿਹੜਾ ਹੈ ਪੋਸਟ ਸਟਡੀ ਵਰਕ ਪਰਮਿਟ 3 ਇਅਰ 36 ਮੰਥਸ ਟੋਟਲ ਜਿਹੜਾ ਹੈ ਨਾਨ ਸਟੈਮ ਚ 1 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਜੇ ਤੁਹਾਡੀ ਇੰਗਲਿਸ਼ ਅੱਛੀ ਹੈ ਆਇਲਸ ਨਹੀਂ ਕੀਤਾ ਹੋਇਆ ਡਸਨਟ ਮੈਟਰ ਤੁਸੀਂ ਜਿਹਾ ਵਿਦਾਊਟ ਆਇਲਸ ਐਮਓਆਈ ਦੇ ਉੱਪਰ ਤੁਸੀਂ ਯੂਐਸ ਐਮਬੈਸੀ ਪਹੁੰਚ ਸਕਦੇ ਹੋ ਬਟ ਕੰਡੀਸ਼ਨ ਇਹ ਹੈ ਕਿ ਤੁਹਾਡੀ ਸਪੀਕਿੰਗ ਠੀਕ ਹੋਣੀ ਚਾਹੀਦੀ ਹੈ ਜਸਟ ਸਪੀਕਿੰਗ ਠੀਕ ਹੈ ਕਿਉਂਕਿ ਉੱਥੇ ਇੰਟਰਵਿਊ ਵੀ ਇਸ ਬੇਸ ਵੀਜ਼ਾ ਫਿਰ ਉਹਨਾਂ ਨੇ ਚਾਰ ਕੁਐਸਚਨ ਪੁੱਛਨੇ ਆ ਹੋ ਸਕਦਾ ਤੁਹਾਡੀ ਕਿਸਮਤ ਆ ਦੋ ਹੀ ਕੁਐਸਚਨ ਪੁੱਛਣ ਜੀ ਔਰ ਅਦਰਵਾਈਜ਼ ਦੋ ਚਾਰ ਕੁਐਸਚਨ ਪੁੱਛਦੇ ਆ ਕਿ ਹੂ ਸਪੌਂਸਰਡ ਯਰ ਸਟੱਡੀਜ਼ ਕਿਹੜਾ ਕੋਰਸ ਕਰਨ ਜਾ ਰਹੇ ਹੋ ਕਿਹੜੀ ਯੂਨੀਵਰਸਿਟੀ ਜਾਂ ਜਨਰਲ ਕੁਐਸਚਨਸ ਤੇ ਉਹਦੇ ਬੇਸ ਤੇ ਵੀਜ਼ਾ ਆ ਹੁਣ ਆਪਾਂ ਖਾਲੀ ਵੀਜ਼ੇ ਦੀ ਗੱਲ ਨਾ ਕਰੀਏ ਆਪਾਂ ਕਰੀਏ ਕੋਰਸੇ ਕਿਹੜੇ ਕਰਨੇ ਆ ਕੋਰਸੇ ਤੁਸੀਂ ਹੈਲਥ ਸਾਇੰਸ ਦੇ ਲੈ ਸਕਦੇ ਹੋ ਸਪੋਰਟਸ ਦੇ ਲੈ ਸਕਦੇ ਹੋ ਥੈਨ ਤੁਸੀਂ ਆਈਟੀ ਯੂਐਸ ਜਿਹੜਾ ਹੈ ਆਈਟੀ ਦਾ ਮੇਨ ਜਿਹੜੀ ਕੰਟਰੀ ਹੈ ਯੂਐਸ ਦੇ ਵਿੱਚ ਹੈ ਕਿਉਂਕਿ ਸੈਲਰੀਆਂ ਬਹੁਤ ਅੱਛੀਆਂ ਐ ਸੈਟਲਮੈਂਟ ਆਪਸ਼ਨਸ ਬਹੁਤ ਅੱچھے ਆ ਕੋਈ ਮਰਜ਼ੀ ਤੁਸੀਂ ਟੈਕਨੋਲੋਜੀ ਦਾ ਕੋਰਸ ਲੈ ਲਓ ਬਟ 70% ਬੱਚੇ ਜਿਹੜੇ ਐ ਇੰਜੀਨੀਅਰਿੰਗ ਐਂਡ ਆਈਟੀ ਵਿੱਚ ਜਾਂਦੇ ਆ। ਹੈਲਥ ਵਾਲਾ ਬੱਚਾ ਵੀ ਕਾਫੀ ਜਾਂਦਾ ਬਟ ਇੰਜੀਨੀਅਰਿੰਗ ਆਈਟੀ ਦਾ ਬਹੁਤ ਬੱਚਾ ਜਾਂਦਾ ਹੈ। ਜਿਹੜੇ ਵੀ ਸਟੂਡੈਂਟਸ ਇਹ ਪ੍ਰੋਗਰਾਮ ਦੇਖ ਰਹੇ ਹੈ ਹਜੇ ਸੈਪਟੈਂਬਰ ਇਨਟੇਕ ਵਾਸਤੇ ਟਾਈਮ ਹੈ। ਉਹ ਇਮੀਡੀਏਟ ਅਪਲਾਈ ਕਰ ਸਕਦੇ ਆ। ਇੱਥੇ ਡਿਊਲਿੰਗੋ, ਆਇਲਟਸ, ਪੀਟੀਈ, ਟੋਫਲ ਕੋਈ ਮਰਜ਼ੀ ਇੰਗਲਿਸ਼ ਦਾ ਟੈਸਟ ਲੈ ਲਓ ਸਾਰੇ ਟੈਸਟ ਐਕਸੈਪਟਡ ਹੈ। ਯੂਐਸ ਹੀ ਹੋ ਜਾ ਕੰਟਰੀ ਹੈ। ਉੱਥੇ ਸਾਰੇ ਇੰਗਲਿਸ਼ ਦੇ ਟੈਸਟ ਅਕਸੈਪਟਡ ਹੈ ਖਾਲੀ ਤੁਹਾਡੇ ਆਪ ਦੇ ਕਮਿਊਨੀਕੇਸ਼ਨ ਸਕਿੱਲ ਠੀਕ ਹੋਣੇ ਚਾਹੀਦੇ ਆ ਵੀਜ਼ਾ ਤੁਸੀਂ ਇੱਕ ਮਿੰਟ ਚ ਲੈ ਕੇ ਆਓਗੇ ਬਿਲਕੁਲ ਬਿਲਕੁਲ ਦੇਖੋ ਟੇ ਸਾਰੀ ਚੰਗੇ ਚੰਗੇ ਆਪਾਂ ਪੋਜੀਟਿਵ ਫੈਕਟਰਸ ਕਹਿ ਸਕਦੇ ਆ ਯੂਐਸਏ ਅਪਲਾਈ ਕਰਨ ਨੂੰ ਲੈ ਕੇ ਜਿਵੇਂ ਕਿ ਮੈਮ ਨੇ ਦੱਸਿਆ ਸਕਾਲਰਸ਼ਿਪਸ ਚੰਗੀਆਂ ਮਿਲ ਜਾਂਦੀਆਂ ਫੀਸ ਆਫਟਰ ਵੀਜ਼ਾ ਤੁਸੀਂ ਦੇਣੀ ਆ ਔਰ ਵਿਦਾਊਟ ਆਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਅੱਛੇ ਨੇ ਤਾਂ ਇਹਨਾਂ ਚੀਜ਼ਾਂ ਤੇ ਗੌਰ ਕਰਦੇ ਹੋਇਆ ਚੰਗੇ ਕੋਰਸੇਸ ਬਾਰੇ ਵੀ ਤੁਸੀਂ ਹੋਰ ਡਿਟੇਲ ਵਿੱਚ ਅਗਰ ਸਮਝਣਾ ਚਾਹੋ ਤਾਂ ਨੰਬਰ ਲਗਾਤਾਰ ਡਿਸਪਲੇ ਆ 네ਵੀਗੇਟਰਸ ਓਵਰਸੀਜ਼ ਐਸ ਆਫਰ ਕਾਲ ਕਰੋ ਤੁਰੰਤ ਪੂਰੀ ਇਨਫੋਰਮੇਸ਼ਨ ਲਓ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜਾ ਸੂਟੇ ਵੀਜ਼ਾ ਦਾ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ ਤੇ ਬਹੁਤ ਬਹੁਤ ਥੈਂਕਸ ਮੈਮਾ ਯੂਐਸਏ ਨੂੰ ਲੈ ਕੇ ਤੁਸੀਂ ਕੰਪਲੀਟ ਇਨਫੋਰਮੇਸ਼ਨ ਦਿੱਤੀ ਹੈ ਜਿਸ ਚ ਤਕਰੀਬਨ ਜਿਹੜੇ ਸਟੂਡੈਂਟ ਨੂੰ ਪੁਆਇੰਟ ਪਤਾ ਹੋਣੇ ਚਾਹੀਦੇ ਨੇ ਤੇ ਉਹ ਸਾਰੇ ਹੀ ਤੁਸੀਂ ਉਹਨਾਂ ਨੂੰ ਦੱਸੇ ਨੇ ਉਹਨਾਂ ਨੂੰ ਗਾਈਡ ਕੀਤਾ ਉਹਨਾਂ ਨੂੰ ਲੈ ਕੇ ਤੇ ਮੈਂ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ ਤੁਹਾਡੇ ਕੋਈ ਵੀ ਸਵਾਲ ਹੋਣ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਸਾਂਝੇ ਕਰਨਾ ਕਰ ਸਕਦੇ ਹੋ ਔਰ ਨਾਲ ਦੇ ਨਾਲ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਵਟਸਐਪ ਵੀ ਕਰ ਸਕਦੇ ਹੋ ਜਾਂ ਫਿਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ ਡਾਕੂਮ और अपनी प्रोफाइल अकॉर्डिंगली हर तरह की ऑप्शन बारे समझो तो राइट टाइम तो राइट डिसीजन जरूर लवो अगो भी अभी इस तरह न होर इनफोरमेटिव भीडियोज़ लैके आते रहेंगे फिलहाल ही दो जी इजाजत थैंक यू सो मच थैंक यू